ਭਾਰਤ ਦੀ ਬਣੀ ਖੰਗ ਦੀ ਦਵਾਈ ਦੇ ਨਾਲ ਉਜ਼ਬੇਕਿਸਤਾਨ ਦੇ ਵਿੱਚ 18 ਬੱਚਿਆਂ ਦੀ ਮੌਤ ਹੋ ਗਈ। ਇਹ ਇਲਜ਼ਾਮ ਉਜ਼ਬੇਕਿਸਤਾਨ ਨੇ ਭਾਰਤ ਦੇ ਉੱਪਰ ਲਗਾਏ ਨੇ ਕਿਉਂਕਿ ਮੈਰੀਅਨ ਬਾਇਓਟੈਕ ਨਾਮਕ ਦਵਾਈ ਕੰਪਨੀ ਨਾਇੜਾ ਦੇ ਵਿੱਚ ਮੌਜੂਦ ਹੈ। ਜਿਸ ਦੇ ਵੱਲੋਂ ਡਾਕਵਨ ਮੈਕਸ ਨਾਮੀ سیرਪ ਬਣਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸ سیرਪ ਦੇ ਵਿੱਚ ਦੂਸ਼ਿਤ ਪਦਾਰਥ ਐਥਲਨ ਗਲਾਈਕੋਲ ਦੀ ਮੌਜੂਦਗੀ ਦਾ ਪਤਾ ਲੱਗਾ। ਅਤੇ ਬੱਚਿਆਂ ਨੇ ਡਾਕਟਰ ਦੀ ਸਲਾਹ ਤੋਂ ਬਿਨਾਂ ਇਸ ਦਵਾਈ ਦਾ ਭਾਰੀ ਮਾਤਰਾ ਦੇ ਵਿੱਚ ਸੇਵਨ ਕੀਤਾ ਸੀ। ਉਜ਼ਬੇਕਿਸਤਾਨ ਵੱਲੋਂ ਕਿਹਾ ਗਿਆ ਕਿ ਇਸ ਦਵਾਈ ਦੇ ਵਿੱਚ ਪੈਰਾਸੀਟਾਮੋਲ ਸੌਲਟ ਸੀ ਜਿਸ ਤੇ ਕਾਰਨ ਜ਼ੁਕਾਮ ਹੋਣ ਤੇ ਦਵਾਈ ਵਾਲੇ ਦੁਕਾਨਦਾਰਾਂ ਦੀ ਸਲਾਹ ਦੇ ਨਾਲ ਬੱਚਿਆਂ ਨੂੰ ਇਹ ਦਵਾਈ ਦਿੱਤੀ ਗਈ ਸੀ ਮਾਪਿਆਂ ਨੇ 2 ਤੋਂ 7 ਦਿਨਾਂ ਤੱਕ ਦਿਨ ਦੇ ਵਿੱਚ 4 ਵਾਰ ਇਹ سیرਪ ਬੱਚਿਆਂ ਨੂੰ ਦਿੱਤਾ ਅਤੇ ਡੋਜ਼ ਦੀ ਮਾਤਰਾ 2.5 ਤੋਂ 5 ਐਮਐਲ ਰੱਖੀ ਇਨ੍ਹਾਂ ਸਾਰੇ ਇਲਜ਼ਾਮਾਂ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਦਵਾਈ ਦੇ ਸੈਂਪਲ ਟੈਸਟਿੰਗ ਦੇ ਲਈ ਦੇ ਦਿੱਤੇ ਗਏ ਨੇ ਹਾਲਾਂਕਿ ਇਹਨਾਂ ਇਲਜ਼ਾਮਾਂ ਤੋਂ ਬਾਅਦ ਮੈਰੀਨ ਬਾਇਓਟੈਕਨੀਆਂ ਸਾਰੀਆਂ ਮੈਨੂਫੈਕਚਰਿੰਗ ਐਕਟੀਵਿਟੀਆਂ ਬੰਦ ਕਰ ਦਿੱਤੀਆਂ ਗਈਆਂ ਨੇ ਜਿੰਨਾ ਚਿਰ ਇਹ ਪੜਤਾਲ ਚੱਲ ਰਹੀ ਏ 18 ਬੱਚਿਆਂ ਦੀ ਮੌਤ ਤੋਂ ਬਾਅਦ ਉਜ਼ਬੇਕਿਸਤਾਨ ਨੇ ਵੀ ਸਖਤ ਕਦਮ ਉਠਾਏ ਨੇ ਇੱਕ ਤਾਂ ਦੇਸ਼ ਦੀਆਂ ਸਾਰੀਆਂ ਮੈਡੀਕਲ ਦੁਕਾਨਾਂ ਤੋਂ ਇਹ ਦਵਾਈ ਬੰਦ ਕਰ ਦਿੱਤੀ ਏ ਅਤੇ ਨਾਲ ਹੀ ਸੱਤ ਅਫਸਰਾਂ ਨੂੰ ਸਸਪੈਂਡ ਕਰ ਉਹਨਾਂ ਤੇ ਇਹ ਇਲਜ਼ਾਮ ਲਗਾਇਆ ਕਿ ਉਹਨਾਂ ਸਮਾਂ ਰਹਿੰਦੇ ਇਸ ਦਾ ਪਤਾ ਕਿਉਂ ਨਹੀਂ ਲਗਾਇਆ ਹੁਣ ਇਸ ਦਵਾਈ ਦੇ ਵਿੱਚ ਪਾਏ ਗਏ ਐਥੀਨ ਗਲਾਈਕੋਲ ਬਾਰੇ ਵੀ ਤੁਹਾਨੂੰ ਦਸ ਦਿੰਦੇ ਆ ਦਰਸਾਲ ਇਹ ਇੱਕ ਕਾਰਬਨ ਕੰਪਾਊਂਡ ਹੁੰਦਾ ਏ ਜਿਸਦੀ ਨਾ ਤਾਂ ਕੋਈ ਖੁਸ਼ਬੂ ਹੁੰਦੀ ਏ ਅਤੇ ਨਾ ਹੀ ਕਲਰ ਹੁੰਦਾ ਏ ਪਰ ਇਹ ਮਿੱਠਾ ਹੁੰਦਾ ਏ ਅਤੇ ਇਹ ਬੱਚਿਆਂ ਦੀ ਦਵਾਈ ਦੇ ਵਿੱਚ ਇਸ ਲਈ ਮਿਲਾਇਆ ਜਾਂਦਾ ਏ ਤਾਂ ਜੋ ਬੱਚੇ ਆਸਾਨੀ ਦੇ ਨਾਲ ਦਵਾਈ ਪੀ ਸਕਣ ਪਰ ਇਸਦੀ ਅਸੰਤੁਲਿਤ ਮਾਤਰਾ ਜ਼ਾਨਲੇਵਾ ਹੋ ਸਕਦੀ ਏ ਬਹੁਤੇ ਦੇਸ਼ਾਂ ਦੇ ਵਿੱਚ ਤਾਂ ਇਸ ਤੇ ਉੱਪਰ پابੰਦੀ ਲੱਗੀ ਹੋਈ ਏ ਇੱਥੇ ਇਹ ਵੀ ਦੱਸ ਦਈਏ ਕਿ WHO ਦੇ ਵੱਲੋਂ ਲੰਗੀ 5 ਅਕਤੂਬਰ ਨੂੰ ਭਾਰਤ ਦੀ ਫਾਰਮਾਸਿਊਟੀਕਲ ਕੰਪਨੀ ਦੀਆਂ ਚਾਰ ਕਫ ਸਰਪ ਤੇ ਚੇਤਾਵਨੀ ਜਾਰੀ ਕੀਤੀ ਸੀ ਕਿਉਂਕਿ ਗाम्बिया ਦੇ ਵਿੱਚ 70 ਬੱਚਿਆਂ ਦੀ ਮੌਤ ਗੁਰਦਿਆਂ ਦੀ ਹਾਲਤ ਜ਼ਿਆਦਾ ਖਰਾਬ ਹੋਣ ਦੇ ਨਾਲ ਹੋਈ ਸੀ ਅਤੇ WHO ਦਾ ਕਹਿਣਾ ਸੀ ਕਿ ਮਮਕਨ ਹੈ ਕਿ ਇਹਨਾਂ ਸਰਪ ਦੀ ਵਰਤੋਂ ਦੇ ਨਾਲ ਬੱਚਿਆਂ ਦੀ ਮੌਤ ਹੋਈ ਹੋਵੇ ਜੁੜੇ ਰਹਾ ਹਾਂ ਵੀ ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤ ਜਸ ਕਰੇ ਬੋਂਦੇ ਹੋ ਇਜਾਜ਼ਤ ਧੰਨਵਾਦ ਜੀ